सो गाइज आई एम रेडी फॉर काइट फ्लाइंग एंड आई एम कफ द थ्री काइट्स इन वन। भैया बोलना क्या चाहते हो? क्या देखा? ते मेरे स्पाइडरमैन चल ले यार, हेल्प करन। लोकां दे घरां च बड़दे होए तैनूं शर्म नहीं आंदी? देखो चोर गगन भैया गए है दरवाजा खोलन। ध्यान ना, मैं नहीं चाहती अगले दो दंद टुटन। देख लो इन भैया जी ने पतंग चढ़ा तंग तेन पतंग चढ़ा तंग तेन पतला पतलू पाया। ਉਹਨਾਂ ਉਹ ਦੇਖੋ ਦੋ ਪਤੰਗ ਉੱਡਦੇ ਪਏ ਨਾ ਪਿਛਲਾ, ਦੋ ਪਿੰਕ ਆ, ਦੋਨੀ ਭਰਾ ਆ, ਦੋਨਾਂ ਆਪਾਂ ਲਾਵਾਂਗੇ। ਚਲੋ ਆਇਓ, ਪਹਿਲਾਂ ਤੋਂ ਆਪਸ ਦੇ ਵਿੱਚ ਲਗਾਈ ਜਾਂਦੇ ਨੇ, ਤੁਹਾਡੀ ਤਾਂ ਥਾਂ ਹੀ ਨਹੀਂ ਆਣੀ। ਕੈਮਰਾ ਮੈਂ ਪ੍ਰਿੰਕਾ ਕੇ ਸਾਥ ਦੇਖਣਾ ਹੈ। ਇਹ ਪ੍ਰਿਆ ਕਿਹਾ ਕਰ, ਕਿੰਨੀ ਵਾਰ ਕਿਹਾ, ਮੇਰਾ ਨਾਮ ਗਲਤ ਬੋਲ ਰਹੇ ਨੇ। ਇਹ ਤਾਂ ਪਿਛਲੇ ਪਤੰਗ ਪੜਦਾ ਖਿੱਚ ਮਾਰ ਮਾਰ ਕੇ ਗਾੜੀ ਪੁੱਛੀ ਮਾੜਾ ਕਰ। ਥੋੜੇ ਸਲੋ ਮੋਸ਼ਨ ਪਾ ਲਈ, ਠੀਕ ਹੈ। ਤੇ ਗਾਇਸ ਪਤੰਗ ਆਪਾਂ ਬਣਾਉਂ ਚੜਾਇਆ, ਪਤੰਗ ਤਾਂ ਅਸੀਂ ਤੋੜ ਲਿਆ, ਸਾਡਾ ਅੱਗੇ ਮੁੰਡਾ ਸੀਗਾ ਨਹੀਂ ਤਾਂ ਮੇਰਾ ਤੋੜ ਲਿਆ। ਤੋ ਬਲੂ ਵਾਲਾ ਗਗਨ ਭਈਆ ਦਾ ਆ ਪਤੰਗ। ਉਹ ਯਾਰ ਨਹੀਂ ਉਹ ਠੀਕ ਹੈ, ਉਹ ਲਾਲ ਪਤੰਗ ਬੋ ਇੱਕ ਜਿਹੜਾ ਰੈੱਡ ਵਾਲਾ ਆ ਉਹ ਜਿਹੜਾ ਹੈਗਾ ਪਤੰਗ ਆਊਟ ਹੋ ਗਿਆ, ਜੋ ਵੀ ਆ ਉਹ ਹੋ ਗਿਆ। ਇਧਰ ਵਾਰੀ ਆ ਹੁਣ ਆ ਵਾਲਾ, ਹੁਣ ਇਹ ਵਾਲਾ ਜਾਣਾ। ਉਹ ਮੈਂ ਦਾੜੀ ਕਰਵਾਈ ਨਾ, ਨਾ ਕਟਿੰਗ ਕਰਾਈ ਆ। ਡਰਾਕਰ ਮੀਨਸ ਬਲੈਕ, ਕਾਲੂ ਤਾਂ ਹੋਣਾ ਹੀ ਆ। ਦੋ ਕੱਟੋ ਪੈਂਜ ਪਹਿਲਾਂ ਸੁਣ ਗਿਆ ਜੀ, ਹਾਂਜੀ ਚੇਚਾ ਪਿਆ ਹੋਇਆ ਇੱਥੇ ਬਿੰਗਮ ਕਰਨੀ ਹੁੰਦੀ ਆ। ਉਹ ਕੁਛ ਕਰ ਲੋ ਯਾਰ, ਕੀ ਕਰਾਂ ਯਾਰ, ਕੋਈ ਵੇਚਾ ਲਾਉਂਦੇ ਨੇ, ਮੈਂ ਹੁਣ ਦੱਸ ਕੀ ਕਰਾਂ। ਤੇ ਸਾਹਮਣੇ ਹੀ ਆ ਜੇ ਮੈਂ ਲਾਉਂਦਾ ਪੇਚਾ, ਲੋਕੀ ਦੌੜ ਜਾਂਦੇ ਆ। ਤੇ ਸਾਹਮਣੇ ਹੀ ਆ, ਦੇਖ ਲਾ ਇੱਕ ਪਤੰਗ ਮੁਸ਼ਕਿਲ ਭੋਗ ਕੀਤਾ, ਤੈਨੂੰ ਪਤਾ ਹੀ ਆ ਕੱਟਿਆ ਪੇਚਾ ਬਹਿ ਗਿਆ, ਭੋਗ ਹੋ ਗਿਆ। ਉਹ ਦੌੜ ਜਾਂਦਾ ਆ, ਅੱਗੇ ਕੋਈ ਤੰਗ ਹੋਵੇਗਾ ਉਹਨੂੰ ਪਿਆ। ਦੱਸ ਕਰੇਗੀ ਬੰਦਾ ਨੂੰ ਕੀ ਹੋਇਆ, ਪੰਜਾਬ ਚ ਕੀ ਹੁੰਦਾ ਆ, ਜਿੱਥੇ ਕਿੱਥੇ ਆ ਪਰ ਬੁਲਾ ਰਿਹਾ ਇੱਕ ਪ੍ਰਾਣ ਹੁੰਦਾ ਪਰ ਜਿੱਥੇ ਪਹੁੰਚੇ ਸਾਡੀ ਹੈ ਨਾ। ਇਹ ਵਾਲਾ ਉਹ ਵਾਲਾ ਜਿਹੜਾ ਹੈ ਗਗਨਬੀਆ ਦਾ ਹੈ, ਉਹਨੂੰ ਪਤਾ ਨਹੀਂ ਸੀ, ਉਹਨੂੰ ਪਤਾ ਲੱਗਣ ਬਚ ਗਿਆ।
ਇੱਕ ਤਰ੍ਹਾਂ ਮੇਰਾ ਨਾਮ ਸਹੀ ਲਵੋ ਦੁਆਰਾ ਕੋਠੀ ਫੇਰ ਕਰ ਨਾਮ ਸਹੀ ਲਓ ਮੇਰਾ ਇਹ ਡਰਦੇ ਹੋ ਨਾ ਕੀ ਆ ਨਾਮ ਲੈਂਦੇ ਰਹਿੰਦੇ ਹੁੰਦੇ ਹੁੰਦੇ ਸਾਰੇ ਕੰਮ ਆ ਦੇ ਉਤੋਂ ਦੰਦ ਵੀ ਦੇਖੋ ਕਿਦਾਂ ਕੱਢਦੇ ਸ਼ਰਮ ਨਹੀਂ ਆਉਂਦੀ ਪਸੀਨਾ ਪੈ ਗਿਆ ਮੂੰਹ ਕਾਲਾ ਹੋ ਗਿਆ ਮੇਰਾ ਦੇਖ ਇਸ 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 ਬੰਦੇ ਕੋ ਦੇਖੀਏ ਇਸ ਬੰਦੇ ਕੋ ਯਹਾਂ ਪੇ ਦੇਖੀਏ यहाँ पे है इनके पसीना देखिए देखिए पिछो दे कपड़े भी आ रहे हैं यार कपड़े आन दे तुम भरावा गाइस मैं थक गया यार बहुत ज्यादा हम अपना ना लांदे पिछो ला जा तुम दे दे ना जा लांदे अपना ठीक है आ जाओ वो तो कितनी देर दे आए भैया तोड़ा ही नहीं आ यार पिछो लांदे ने तो आपके पास ये मैं थक गया भरावा टाइम भी हो गया मैं मेहनत दिखा दी भाई काली मेहनत 1 मिनट आ देखो थक लाई जंदी ये थक लगदा नहीं जी थक रही है मेरा तो पसीना सच्ची बताए मैं थक गया पीछे लगदा नहीं दिया एक पीछे बड़ी मुश्किल लगा सी पक्का लग देख रे ओए आ मोरे ही देख रही हां मैं चली वीरे किथे गए ओ प्रावा इतनी खेच मारती तंग नहीं पोया पतंग ये लोहे दी डोर लग चढ़ाण मेरा लोहे दी डोर लोहे दी डोर है मारे तंग अपना हो गया हुन टेला बेचारा पतंग दी बोणा हुन हां जी हां जी बस वे नीचे तानू कुंडी जी पई ते पेचा बड़ा घंट पिया पिपल ये मैंने को की हो गया हम कदे के हम मुंडे का तो पता नहीं इतने जुड़ बंदे बेहोश हो जाने हूँ जे जेड़े देख रहे ने वो भी जेड़े बना रहे वो भी जे क्या ना सवेरे उठ के मेरी बखियां धो दियां मैं पैरा सुट्टा मोल नहीं लेनी हो गया ओए रब्बो ये पतंग ही है क्या है चलो जी मजबूरी खिचनी पी है सब तो पहला काम करना जैट जो लाइन भरा पहला इन्हें खिचनी पी तैयार हो गए क्लिप कुलप ला लिया बारा हूं देखियो खिच वाली कपड़े ला के हूं तू खिच देखी प्रियंका मेरी ਕਿ ਕਿਤੇ ਦੇਖਦਾ ਭਾਜੀ ਹੁਣ ਪਲੀਜ਼ ਉਹ ਮੁੰਡੇ ਇੰਸਟਾਗ੍ਰਾਮ ਸਬਸਕ੍ਰਾਈਬ ਉਹ ਫੋਲੋ ਕਰ ਲੋ ਸਬਸਕ੍ਰਾਈਬ ਕੀ ਕਹਿੰਦੇ ਫੋਲੋ ਕਰ ਲੋ ਆਈਡੀ ਤਾਂ ਦੱਸੋ ਤਾਂ ਹੀ ਕਰੋਗੇ ਗੁਪਤਾ ਅੱਛਾ ਇਹ ਆ ਜੀ ਜਾਇ ਚੱਕ ਕਰ ਲਿਓ ਮੇਰੇ ਉੱਤੇ ਰੱਖ ਲੋ ਨਹੀਂ ਸਾਰੇ ਮਾਰ ਲਿਓ ਦੇਖੀ ਨੇ ਕਿਤਾ ਫੋਟੋ ਸੰਦੇ ਹੁਣ ਹਜ਼ਾਰ ਇੱਕ ਵਾਰ ਚੀ ਤੈਨੂੰ ਦੇਖੀ ਤੂੰ 2-3 ਲੱਖ ਇਹਨੇ ਤਾਂ ਮੇਰੇ ਹਨੀਗੇ ਜੈਨੇ ਹੁੰਦੇ ਤਾਂ ਮੇਰੇ 2-3 ਲੱਖ ਮੈਂ ਕਹਿੰਦਾ ਮੇਰੇ ਮੇਰੇ ਪਤਾ ਕਿੰਨੇ ਆ 8000 ਹੈ ਮੇਰੇ 8000 इंतकाम तो मैं लूंगा
ਤੇ ਵਾਈਟ ਵਾਲਾ ਲਗਨ ਵੀ ਆਦਾ ਗਿਆ ਹੋ ਮੋਲਾ ਕਿਉਂ ਲੱਗਾ ਉਹ ਯਾਰ ਇਹ ਕੀ ਆ ਪਤੰਗ ਹੀ ਫਟ ਗਿਆ ਹੱਦ ਹੋ ਗਈ ਆ ਤਾਂ ਅੱਜ ਗਗਨ ਵੀ ਆ ਕਿ ਕਿਸਮਤ ਕੇ ਸਾਥ ਖਿਲਵਾੜ ਹੋਤਾ ਹੁਆ ਬਲੋਬ ਆਣਾ ਹੈ ਨਹੀਂ ਐਡੀ ਰੋਬੇ ਚ ਐਡੀ ਨਾ ਐਡੀ ਐਡੀ ਨਾ ਪਾਟੇ ਆ ਵੇਚਾ पतंग फट गया जी ओए और ले पतंग ही फट गया जा देख नहीं रिया कि तेरा वाइट है ना पतंग ओ गया ओ नीचे चल गया क्योंकि देख नहीं रिया से ना वाइट है चल जा चल चल ना आया जाके पतंग बोन में पट आया ओ देख ला और कुछ आगे चल जाओ ना के आओ मैं की करा पतंग अब चले डोर भी इतनी बड़ी भैया उन्होंने ना तपस्या की थी जेडे ने पतंग चढ़ाया है ठीक है तपस्या करके यह गुण मिलया ਮੂੰਹ ਕੀ ਦਾ ਦੇਖੋ ਇਦੀ ਹਾਂ ਕਰਿਓ ਤਾਂ ਕਿਸੇ ਫੜਿਆ ਮੋਰੇ ਓ ਇਹ ਤਾਂ ਕਰ ਕੱਚੀ ਹੈ ਕਿਸੇ ਤਾਂ ਮੈਂ ਫੜਿਆ ਪਿਆ ਸਾਡਾ ਹਲੋ ਚੱਕੋ ਮੈਚ ਕਰੋ ਤਾਂ ਗਾਇਸ ਦੇਖੋ ਆ ਦੇਖੋ ਕਿੱਦਾਂ ਪੁੰਨਾ ਪਈਆਂ ਪਈਆਂ ਭਰਾਵਾ ਇਹ ਗੱਟੂ ਹੀ ਨਾ ਵਿਕਾਰ ਚਾ ਗੱਟੂ ਆ ਦੋ ਨਾਲ ਆਉਂਦੀ ਹੈ ਚ ਇਹਨੂੰ ਗੁੰਝਾ ਕੋ ਪੈਂਦੀ ਆ ਕਰੋਕੀਆਂ ਜਿਹੜੀਆਂ ਹੁੰਦੀਆਂ ਕਰੋਕੀਆਂ ਕਰੋਕੀਆਂ ਗੁੰਝਾ ਇਹ ਸਾਰੀ ਇੱਥੇ ਹੀ ਪੈਂਦੀਆਂ ਦੇਖੋ ਕਿੰਨਾ ਰਾਇਆ ਬਟੇ ਰੱਬਾ ਇੱਥੇ ਤੇ ਮੇਰੇ ਭਰਾ ਦਾ ਜਿਹੜਾ ਦਿਮਾਗ ਹੈ ਨਾ ਖਰਾਬ ਹੋ ਗਿਆ ਹੈ ਫੇਰ When I speak English, what is your name? My name is Priyanka. Huh? My name is Priyanka. Where is Priyanka from? Sharpur, Punjab. Where is the Punjab city in Sharpur? What? Tell. Speak me once again. Where is the Punjab from Sharpur city? Which country? Sharpur. India. Sans bande. ਦੋ ਵਧੀਆ ਹੀ ਨਾ ਕਿਤੇ ਮਾਣ ਟੁੱਟ ਜਾਂਦੀ ਆ ਜੇ ਕਹਿੰਦੀ ਵਧੀਆ ਜੇ ਪਤੰਗ ਸੈੱਟ ਹੁੰਦੇ ਤਾਂ ਫਟ ਜਾਂਦੇ ਆ ਜੇ ਸੈੱਟ ਨਾ ਹੋਣ ਤਾਂ ਘੁੰਮਦੇ ਆ ਤਾਂ ਦੇਖੋ ਗਾਇਜ਼ ਆਪਾਂ ਜਾ ਰਿਹਾ ਪਤਾ ਨਹੀਂ 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 ਇਦਾਂ ਕਰੋ ਇੰਗਲਿਸ਼ ਚ ਬੋਲੋ ਬਸ ਹਾਂਜੀ ਦੇਖੋ ਇਸ ਚਿਹਰੇ ਕੋ ਦੇਖੋ ਹਾਂਜੀ ਹਾਂਜੀ ਬੋਲਿਓ ਹਾਂਜੀ Let me speak only English, not Punjabi. So guys, I am ready for kite flying. And I am cuff the three kites in one. भैया बोलना क्या चाहते हो? ना देख. So guys. English. हाँ. So guys. I am kite flying. And cuff three kites. Cuff three flying. One way. हाँ. I cut three kites with one kite. और ते बीच भी और एक हेल्प करते हैं। I cut three kites with one kite. बड़ा बुरा हाल है क्लास वाले। ये पंकज ने आती इंग्लिश नहीं आंदी। I cut. पाजी तो से मेनू क्यों दस दे मेनू तो पता ही है। I cut. मेनू तो आंदी है। I cut three kites with one kite. Bad situation in your English language. So now. ਉਹ ਪਰਾਵਾ ਜੀ ਯੂ ਟੇਕ ਦੀ ਕਲਾਸਿਸ ਫੋਰ ਮੀ ਓਕੇ ਜਿਆ ਇੰਗਲਿਸ਼ ਨਹੀਂ ਆਂਦੀ ਹੁੰਦੀ ਨਾ ਇਦਾਂ ਕਹਿੰਦੇ ਹੁੰਦੇ ਤਾਂ ਤੇਰੇ ਵਰਗੇ ਮੈਨੂੰ ਆਉਂਦੀ ਹੈ ਮੈਨੂੰ ਸਮਝ ਨਹੀਂ ਆਂਦੀ ਨਾ ਫਿਰ ਅੱਛਾ ਤੈਨੂੰ ਕੁਐਸਚਨ ਪੁੱਛਾ ਇੱਕ ਹਾਂ ਦੂਧ ਕੀ ਸੌਰੀ ਗਾਇ ਕੀ ਪੀਤੀ ਹੈ ਗਾਇ ਕੀ ਪੀਤੀ ਹੈ ਗਾਇ ਪਾਣੀ ਪੀਤੀ ਹੈ ਉਹ ਨਹੀਂ ਪਾਣੀ ਗਾਇਸ ਪੂਰਾ ਆਸਮਾਨ ਖਾਲੀ ਕਰਤਾ ਹੈ ਦੋ ਕੁ ਪੇਜ ਸੌਰੀ ਗਾਇਸ ਦੋ ਕੁ ਪੇਜ ਉਹ ਤਾਂ ਬੋ ਕਰਤਾ ਮੈਂ ਤਾਂ ਗਾਇਸ ਨਾ ਆਪਾਂ ਕੱਲੇ ਬਲੋ ਨਾ ਲੱਗੇ ਆ ਸਾਡੀ ਕੈਮਰਾਮੈਨ ਚੜ ਕੇ ਥੱਲੇ ਨੂੰ ਤੇ ਉਹ ਲੱਗਾ ਆਪਣਾ ਪੇਚਾ ਹੁਣ ਆਪਾਂ ਲਾਉਂਦੇ ਆ ਉਹਨਾਂ ਪੇਚਾ ਤੇ ਦੇਖਦੇ ਆ ਕੈਮਰਾ ਬੰਦ ਹੀ ਕਰ ਦਈਏ ਸਹੀ ਰਹੂਗਾ ਕਿਉਂਕਿ ਸਾਡਾ ਪਤੰਗ ਭੋ ਜਾਣਾ ਹੈ ਨਾ ਫਿਰ ਤਾਂ ਗਾਇਸ ਆਪਾਂ ਅੱਗੇ ਦਿੱਤਾ ਮੁੰਡੇ ਤੰਗ ਉਹ ਚੜਦਾ ਆਪਣਾ ਪਤੰਗ ਨੀਲਾ ਹੀ ਦੇਖੋ ਕੈਨੇਡਾ ਵਾਲਾ ਉਹ ਰਿਹਾ ਤਾਂ ਅੱਗੇ ਦਿੱਤਾ ਮੁੰਡੇ ਉਹ ਚੜਾ ਰਿਹਾ ਇੱਥੇ ਸਾਹਮਣੇ ਕਿੱਥੇ ਰਿਹਾ ਤੇ ਆਪਾਂ ਤਾਂ ਗੱਟੂ ਜਾਂਦੀ ਆ ਫੜੋ ਜਾਂਦੀ ਪਈ ਆ ਆਹ ਦੇਖੋ ਗੁੰਝਲ ਜਾਂਦੀ ਹੌਲੀ ਹੌਲੀ ਉਹ ਦੇਖੋ ਚੜਾ ਰਿਹਾ ਮੁੰਡਾ ਦੇਖੋ ਤਾਂ ਗਾਇਸ ਹੁਣ ਚੜੇ ਥੱਲੇ ਨੂੰ ਠੰਡ ਦਾ ਮਾਹੌਲ ਹੋ ਗਿਆ ਧੁੰਦ ਮਾੜੀ ਮੋਟੀ ਪੈਣ ਲੱਗ ਪਈ ਆ ਤੇ ਕੱਪੜੇ ਕੁੱਪੜੇ ਪਾ ਲਏ ਲਿਆ ਕੱਪੜੇ ਕੁੱਪੜੇ ਹੁਣ ਪਾਈਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਆ ਕਿ ਨਵਾਂ ਸਾਲ ਆ ਰਿਹਾ ਤਾਂ ਪਤੰਗ ਪਤੰਗ ਪਾਉਣ ਆਉਣੇ ਆ ਨਵਾਂ ਸਾਲ ਕੀ ਕ੍ਰਿਸਮਿਸ ਹੀ ਹੈ ਨਾ ਕਿ ਆਵਾਜ਼ ਹੈ ਕ੍ਰਿਸਮਿਸ ਦਾ
ਐਤਵਾਰ ਨੂੰ ਕ੍ਰਿਸਮਸ ਆ 25 ਨੂੰ ਤੇ ਸ਼ਾਇਦ ਆਪਾਂ ਉਸਦੇ ਪਤੰਗ ਪਤੰਗ ਉਡਾਈਏ ਤਾਂ ਚੈਨਲ ਸਬਸਕ੍ਰਾਈਬ ਕਰਕੇ ਰੱਖ ਲਓ ਬਾਕੀ ਜੇ ਅੱਜ ਦਾ ਵਲੋਗ ਵਧੀਆ ਲੱਗਿਆ ਵਲੋਗ ਕਰ ਦਿਓ ਲਾਈਕ ਤੇ ਚੈਨਲ ਕਰ ਸਬਸਕ੍ਰਾਈਬ ਤੇ ਹੁਣ ਦੇ ਲਈ ਬਸ ਇੰਨੇ ਮਿਲਦੇ ਨੈਕਸਟ ਵਲੋਗ ਤੇ ਹੁਣ ਦੇ ਲਈ ਬਾਏ।